ਜਦੋਂ ਕੰਪੀਟੀਸ਼ਨ ਫੀਲਡ ਵੀ 100-100 ਜੰਪ ਲਗਾਤਾਰ 150 ਜੰਪ ਵੀ ਕਰ ਸਕਦੇ ਤੇ ਪਰ ਜਦੋਂ ਕੰਪੀਟੀਸ਼ਨ ਪੀਰੀਅਡ ਆਉਂਦਾ ਜ਼ਿਆਦਾ ਜ਼ਿਆਦਾ 20 ਜਸਟ ਇਹਦੀ ਟੱਚਿੰਗ ਪਰ ਕੁਇਕ ਹੈ ਤਾਂ ਇੰਜਨ ਸੇਮ ਇਹਦੇ ਇਸੇ 'ਚ ਥੋੜ੍ਹਾ ਜਿਹਾ ਹੋਰ ਲੰਬਾ ਜਦੋਂ ਕੰਟੀਨਿਊ ਕਰਨਗੇ ਏਦਾਂ ਇਹਨੂੰ ਕਰਨ ਦੀ ਕੋਈ ਕੰਧ ਉੱਤੇ ਸੇਮ ਵਾਕ ਓਵਰ ਸਾਈਡ ਤੋਂ ਦੀ ਇਹਦਾ ਸਾਈਡ ਦੀ ਰੋਟੇਸ਼ਨ ਸਵਿੰਗ ਵਾਲੀਆਂ ਬੈਕ ਬੈਕ ਉਹਦੇ ਉੱਤੋਂ ਨਹੀਂ ਚੱਲਣਾ ਇਹ ਸਾਰੀ ਵੀ 10 ਹੜਲਾਂ ਜੇ ਤੁਹਾਡੇ ਕੋਲ ਅਵੇਲੇਬਲ ਜਾਂ 10 ਹੱਕੇ ਕਰੋ ਵੀ ਹੌਲੀ ਹੌਲੀ ਜੇ ਛੋਟੇ ਬੱਚੇ ਆ 10 ਘੱਟੋ ਘੱਟ 10 ਜੇ ਜੇ ਤੁਹਾਡੇ ਕੋਲ ਸਟਰੈਂਥ ਜ਼ਿਆਦਾ 15-20 ਬੱਚੇ ਇੱਧਰ ਵੀ 10 15-20 ਤੱਕ ਵੀ 10 ਬੱਚੇ ਨੋ ਪ੍ਰੋਬਲਮ ਜਦੋਂ ਪਰ ਇਹਨਾਂ ਦੇ ਬੇਸ ਵਾਸਤੇ ਪਹਿਲਾਂ ਕੋਸ਼ਿਸ਼ ਕਰੋ ਇੱਕ ਇੱਕ ਸੈੱਟ ਫੀਲਿੰਗ ਅਦਰਵਾਈਜ਼ ਤੇ ਜਿਹੜੇ ਬੱਚੇ ਕਰ ਰਹੇ ਜੋ ਕਰ ਰਹੇ ਇਹਨੂੰ ਕੱਲ੍ਹ ਨੂੰ ਸੋਰ ਦੱਸਦੇ ਕਈਆਂ ਨੂੰ ਖੜੀਆਂ ਪਈਆਂ ਹੋਣੀਆਂ ਕਿਉਂਕਿ ਤੁਸੀਂ ਕੋਸ਼ਿਸ਼ ਕਰਨਾ ਬਿਗਨਰ ਨੂੰ ਪਹਿਲਾਂ ਇੱਕ ਇੱਕ ਸੈੱਟ ਫ੍ਰੀਕੁਐਂਸੀ ਵੀ 2 ਵਾਰੀ ਕਰਦੇ ਹੋ ਨੋ ਪ੍ਰੋਬਲਮ ਅਗਲੇ ਵੀਕ ਫਿਰ ਇੱਦਾਂ ਇੱਕ ਇੱਕ ਸੈੱਟ ਤੀਜੇ ਵੀਕ ਤੁਸੀਂ ਹੌਲੀ ਹੌਲੀ 2 ਸੈੱਟ ਕੈਰੀ ਕਰਦੇ ਰਹੋ ਇੱਦਾਂ ਉਸ ਤੋਂ ਬਾਅਦ 1 ਮੰਥ ਤੋਂ ਬਾਅਦ 3 ਸੈੱਟ ਵੀ ਹੌਲੀ ਹੌਲੀ ਇੰਨੇ ਕੰਡੀਸ਼ਨ ਹੋ ਜਾਂਦੇ ਆ ਅਡੈਪਟੇਸ਼ਨ ਟਾਈਮਿੰਗ ਹੁੰਦੇ 3 ਵੀਕਸ 3 ਵੀਕ ਦੇ ਵਿੱਚ ਅਡੈਪਟ ਕਰ ਜਾਂਦੀ ਬਾਡੀ ਇਹ ਕਰਕੇ ਤੁਸੀਂ ਹੌਲੀ ਹੌਲੀ ਕੋਈ ਵੀ ਚੀਜ਼ ਇੱਕਦਮ ਛਾਲ ਨਹੀਂ ਮਾਰਦੀ ਜੀ ਆਊਗੀ ਅਦਰਵਾਈਜ਼ ਮਤਲਬ ਕੁਛ ਵੀ ਕੋਈ ਵੀ ਪ੍ਰੋਬਲਮ ਡਿੱਗਣਗੇ ਇਰੀਟੇਟ ਹੋਣਗੇ ਮਤਲਬ ਲੋਡ ਫੀਲ ਹੋਣ ਹੁਣ ਐਕਸਪੋਸ ਇਹ ਜਦੋਂ ਕੰਪੀਟੀਸ਼ਨ ਆਉਂਦਾ ਉਦੋਂ ਇਹ ਵਾਲੀ ਜਿਹੜੀ ਫਰੰਟ ਰੋਲ ਉੱਤੋਂ ਦੀ ਜੰਪ ਦੋਨਾਂ ਪੈਰਾਂ 'ਤੇ ਈਜ਼ੀ ਤੋਂ ਈਜ਼ੀ ਸਭ ਤੋਂ ਇਹੀ ਵੇ ਈਜ਼ੀ ਹੈ ਐਸਾ ਹੀ ਸਭ ਤੋਂ ਪਹਿਲਾਂ ਸਟਾਰਟ ਕਰ ਲਓ ਓਕੇ ਇੱਕ ਵੀ ਇੱਕ ਲੈਗ 'ਤੇ ਯੈਸ ਥੋੜ੍ਹਾ ਨੋਟ ਕਰਨ ਵਾਲੀ ਗੱਲ ਹਵਾ 'ਚ ਦੋਨੇ ਸਟੇ ਕਰਕੇ ਫਿਰ ਜਦੋਂ ਰੈਗੂਲਰ ਕਰੋਗੇ ਤੁਸੀਂ ਆਟੋਮੈਟਿਕਲੀ ਇਹ ਚੀਜ਼ਾਂ ਹੋਣਗੀਆਂ ਇੱਕ ਵਾਰੀ ਫਿਰ ਥੋੜ੍ਹੀ ਸਾਹ ਕੇ ਉਹਨਾਂ ਨੂੰ ਫਿਰ ਇਹ ਐਕਸਰਸਾਈਜ਼ ਬੋਲਡਿੰਗ ਰਾਈਟ 'ਤੇ ਹੋਪ ਫਿਰ ਇੱਕ ਪੈਰ ਲਿਆ ਫਿਰ ਉੱਤੇ ਹੋਪ ਉਹ ਤੋਂ ਬਾਅਦ ਸਟੈਪ ਪੈਰ ਚੇਂਜ ਹੋ ਜਾਏਗਾ ਫਿਰ ਲੈਫਟ 'ਤੇ ਹੋਪ ਫਿਰ ਹੋਪ 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 ਸਟੈਪ ਹੋਪ ਹੋਪ ਸਟੈਪ ਇੱਦਾਂ ਵਾਰ ਵਾਰ ਉਠਾਈ ਜਾਣਾ ਇਹ ਤੋਂ ਰਨਿੰਗ ਕੁਛ ਨਹੀਂ ਹੈ ਰਨਿੰਗ ਇਹ ਸਭ ਤੋਂ ਮੁਸ਼ਕਿਲ ਹੈ ਜੇ ਤੁਸੀਂ ਇਹਨੂੰ ਈਜ਼ੀ ਬਣਾ ਲਓਗੇ ਰਨਿੰਗ ਕੁਛ ਵੀ ਨਹੀਂ ਜਾਣ ਕੇ ਫੋਲਡ ਕਰਾਈ ਜਾਣੀ ਕੋਈ ਜ਼ਰੂਰੀ ਨਹੀਂ ਇਹਨੂੰ ਪਹਿਲੇ ਦੇਣੀ ਇੱਦਾਂ ਦੀ ਆ ਜਾਏ ਹੌਲੀ ਹੌਲੀ ਇੱਕ ਲੱਖ ਜਦੋਂ ਇੱਕ ਲੱਖ ਤੇ ਹੁਣ ਵੇਟ ਹੋਣਾ ਸ਼ੁਰੂ ਕਰ ਗਿਆ ਫਿਰ ਥੋੜ੍ਹਾ ਸ਼ੋਰਟ ਡਿਸਟੈਂਸ ਫਿਰ ਹੌਲੀ ਹੌਲੀ ਡਿਸਟੈਂਸ ਇੰਪਰੂਵ ਕਰੀ ਜਾਓ ਪਰ ਸਭ ਤੋਂ ਬੈਸਟ ਹੈ ਸਾਡੇ ਕੋਲ ਲੈ ਗਏ ਸਟੈਂਥ ਵਾਸਤੇ ਕੁਇਕ ਦਮ ਪੈਰ ਇੱਕਦਮ ਜਿਹਦਾ ਰਨ ਰਨਿੰਗ ਡਾਟਾ ਕੋਈ ਨਹੀਂ ਆਪਣੀ ਹੈ ਹੌਲੀ ਹੌਲੀ
ਯੈਸ ਯੈਸ ਸ਼ਾਬਾਸ਼ ਸ਼ਾਬਾਸ਼ ਬਹੁਤਾ ਜ਼ਿਆਦਾ ਉਠਾਉਣ ਦੀ ਨਹੀਂ ਲੋੜ ਲੱਗਾ ਨਾ ਬਸ ਜਿੰਨੀ ਕਿੰਨਾ ਕ੍ਰਾਸ ਹੋਏ ਜੰਪਣਾ ਕਰ ਗਲਤ ਕਰੀ ਜਾਂਦਾ good.